बहुत वड्डा कलाकार सी पर मैं स्टेज दे सामने मैं हमेशा परदे दे विच अपनी जिंदगी नूं जीविया पर मौके दे हालातां ने इहो जे हालात पैदा करते। साध संग जी तुसी सारे भली भात जानदे हो आपां दिल्ली दा मोर्चा जित के आए पर तुसी इह गल भी समझ लिओ सानू उस मोर्चे दी कीमत बड़ी चुकाउणी पैणी क्योंकि हुकमराना ने भी इस गल दा अंदाजा ला लिया भी जिहड़ा नौजवान थोड़ा जिहा भी धौण चक के जिउण दी कोशिश करदा ओहदा जां तां एक्सीडेंट हो जांदा जां ओह गोलियां नाल छलनी कर दित्ता जांदा। 2022 इहो जिहा काला वरिया चढ़िया फरवरी दीप भेंट चढ़ गया मार्च दे विच संदीप कबड्डी प्लेयर भेंट चढ़ गया और 29 मई मेरे परिवार लई काला दिन लेके आ जिहड़ी आवाज दीप ने बुलंद कीती ਇਹ ਤਾਂ ਇੰਨਾ ਵੱਡਾ ਕਲਾਕਾਰ ਸੀ ਕਰੋੜਾਂ ਰੁਪਏ ਦਾ ਕਾਰੋਬਾਰ ਕਰਨ ਵਾਲਾ ਸੀ ਇਹਨੂੰ ਕੀ ਲੋੜ ਪੈਂਦੀ ਸੀ ਦਿੱਲੀ ਜਾ ਕੇ ਟੈਂਟਾਂ ਦੇ ਵਿੱਚ ਆ ਮੈਨੂੰ ਬੜੀਆਂ ਧਮਕੀਆਂ ਦਿੰਦੇ ਆ ਮੈਂ ਇਹਨਾਂ ਨੂੰ ਸਾਫ਼ ਕਰ ਦਿੰਦਾ ਵੀਰੋ 29 ਮਈ ਦਾ ਮਰਿਆ ਹੋਇਆ ਇੱਕ ਤੁਰਦੀ ਫਿਰਦੀ ਲਾਸ਼ ਆ ਜਦੋਂ ਤੁਹਾਡਾ ਜੀ ਕਰਿਆ ਉਦੋਂ ਮਾਰ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਕਾਮਯਾਬ ਹੋਣਾ ਮਸ਼ਹੂਰ ਹੋਣਾ ਗੁਨਾਹ ਬਣ ਗਿਆ ਮੇਰੇ ਪੁੱਤ ਨੂੰ ਮਾਰਨ ਵਾਸਤੇ 1.5 ਕਰੋੜ ਦੇ ਵੈਪਨ ਲੱਗ ਗਏ 33 ਬੰਦਿਆਂ ਦੀ ਇਨਵੋਲਵਮੈਂਟ ਆ ਗਈ ਜੇਲ੍ਹ ਦੇ ਅੰਦਰ ਬੰਦ ਕਰਤੇ ਪਰ ਹਾਲੇ ਤੱਕ ਮਾਸਟਰ ਮਾਈਂਡ ਦਾ ਨਹੀਂ ਪਤਾ ਵੀ ਇਹ ਕੰਮ ਕਰਾਇਆ ਕਿਹਨੇ ਗੋਦ ਵਿੱਚ ਬੈਠੀ ਸਾਧ ਸੰਗ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸ਼ੁਰੂਆਤ ਦੇ ਵਿੱਚ ਹੀ ਬੇਨਤੀ ਕਰਦਾ ਕਿ ਮੈਂ ਕੋਈ ਕਮਰਸ਼ੀਅਲ ਬੁਲਾਰਾ ਨਹੀਂ ਕੋਈ ਸ਼ਬਦ ਦੀ ਬਾਅਦ ਘਾਟ ਰਹਿ ਜਾਵੇ ਕਮੈਂਟਾਂ 'ਚ ਲਿਖਣ ਦੀ ਬਜਾਏ ਦਾਸ ਦੇ ਫੋਨ ਨੰਬਰ 'ਤੇ ਸਮਝਾਉਣ ਦੀ ਕੋਸ਼ਿਸ਼ ਕਰਿਓ ਅਤੇ ਮੈਂ ਵਾਅਦਾ ਕਰਦਾ ਮੈਂ ਅਮਲ ਕਰੂੰਗਾ ਕਿਉਂਕਿ ਮੈਨੂੰ ਸਟੇਜ ਦੇ ਉੱਤੇ ਮਾੜੇ ਹਾਲਾਤਾਂ ਨੇ ਚਾੜਿਆ ਮੈਂ ਜ਼ਿੰਦਗੀ ਵਿੱਚ ਬੇਟਾ ਬੇਸ਼ੱਕ ਦੁਨਿਆਵੀ ਬਹੁਤ ਵੱਡਾ ਕਲਾਕਾਰ ਸੀ ਪਰ ਮੈਂ ਸਟੇਜ ਦੇ ਸਾਹਮਣੇ ਮੈਂ ਹਮੇਸ਼ਾ ਪਰਦੇ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਜੀਵਿਆ ਪਰ ਮੌਕੇ ਦੇ ਹਾਲਾਤਾਂ ਨੇ ਇਹੋ ਜਿਹੇ ਹਾਲਾਤ ਪੈਦਾ ਕਰਤੇ। ਸਾਧ ਸੰਗਤ ਜੀ ਤੁਸੀਂ ਸਾਰੇ ਭਲੀ ਭਾਤ ਜਾਣਦੇ ਹੋ ਆਪਾਂ ਦਿੱਲੀ ਦਾ ਮੋਰਚਾ ਜਿੱਤ ਕੇ ਆਏ ਪਰ ਤੁਸੀਂ ਇਹ ਗੱਲ ਵੀ ਸਮਝ ਲਿਓ ਸਾਨੂੰ ਉਸ ਮੋਰਚੇ ਦੀ ਕੀਮਤ ਬੜੀ ਚੁਕਾਉਣੀ ਪੈਣੀ ਕਿਉਂਕਿ ਹੁਕਮਰਾਨਾਂ ਨੇ ਵੀ ਇਸ ਗੱਲ ਦਾ ਅੰਦਾਜ਼ਾ ਲਾ ਲਿਆ ਵੀ ਜਿਹੜਾ ਨੌਜਵਾਨ ਥੋੜ੍ਹਾ ਜਿਹਾ ਵੀ ਧੌਣ ਚੱਕ ਕੇ ਜਿਉਣ ਦੀ ਕੋਸ਼ਿਸ਼ ਕਰਦਾ ਉਹਦਾ ਜਾਂ ਤਾਂ ਐਕਸੀਡੈਂਟ ਹੋ ਜਾਂਦਾ ਜਾਂ ਉਹ ਗੋਲੀਆਂ ਨਾਲ ਛਲਨੀ ਕਰ ਦਿੱਤਾ ਜਾਂਦਾ। 2022 ਇਹੋ ਜਿਹਾ ਕਾਲਾ ਵਰਿਆ ਚੜ੍ਹਿਆ ਫਰਵਰੀ ਦੀਪ ਭੇਂਟ ਚੜ੍ਹ ਗਿਆ ਮਾਰਚ ਦੇ ਵਿੱਚ ਸੰਦੀਪ ਕਬੱਡੀ ਪਲੇਅਰ ਭੇਂਟ ਚੜ੍ਹ ਗਿਆ ਔਰ 29 ਮਈ ਮੇਰੇ ਪਰਿਵਾਰ ਲਈ ਕਾਲਾ ਦਿਨ ਲੈ ਕੇ ਇਹ ਸਿਲਸਿਲੇਵਾਰ ਮੌਤਾਂ ਹੋ ਕਿਉਂ ਰਹੀਆਂ ਸਾਡੀ ਤਾਂ ਕਦੇ ਕਿਸੇ ਦੇ ਨਾਲ 57 ਦੀ ਜਵਾਨ ਤੱਕ ਨਹੀਂ ਹੋਈ ਕਿਉਂਕਿ ਵੀਰੋ ਜਿਹੜੀ ਆਵਾਜ਼ ਦੀਪ ਨੇ ਬੁਲੰਦ ਕੀਤੀ ਇਹ ਤਾਂ ਇੰਨਾ ਵੱਡਾ ਕਲਾਕਾਰ ਸੀ ਕਰੋੜਾਂ ਰੁਪਏ ਦਾ ਕਾਰੋਬਾਰ ਕਰਨ ਵਾਲਾ ਸੀ ਇਹਨੂੰ ਕੀ ਲੋੜ ਪੈਂਦੀ ਸੀ ਦਿੱਲੀ ਜਾ ਕੇ ਟੈਂਟਾਂ ਦੇ ਵਿੱਚ ਧੂਹੇ ਰਗੜਾਉਣ ਦਾ ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਅੱਜ ਚੰਗਾ ਬਣਨ ਦੇ ਲਈ ਵੀਰੋ ਸਾਨੂੰ ਮਰਨਾ ਪੈਂਦਾ ਜਦੋਂ ਅਸੀਂ ਵਿਚਰਦੇ ਹਾਂ ਸਮਾਜ ਦੇ ਵਿੱਚ ਉਦੋਂ ਸਾਡੇ ਚੋਂ ਲੱਖਾਂ ਕਮੀਆਂ ਕੱਢੀਆਂ ਜਾਂਦੀਆਂ ਨੇ ਇਹ ਤਿੰਨੇ ਜਵਾਨ ਗਏ ਨੇ ਸੱਚ ਜਾਣੋ ਦੁਨੀਆਂ ਤੇ ਜੀ ਨਹੀਂ ਲੱਗਦਾ ਆ ਮੈਨੂੰ ਬੜੀਆਂ ਧਮਕੀਆਂ ਦਿੰਦੇ ਆ ਮੈਂ ਇਹਨਾਂ ਨੂੰ ਸਾਫ਼ ਕਰ ਦਿੰਦਾ ਵੀਰੋ 29 ਮਈ ਦਾ ਮਰਿਆ ਹੋਇਆ
एक तुरदी फिरदी लाश हां, जदों थोड़ा जी करिया उदों मार दी। हालात इस तरह दे बन गए, कामयाब होना मशहूर होना गुनाह बन गया। मैं आए एतवार नूं सरकार नूं संबोधन हुंना, बेनती करदा बिलकदा, भाई 11 महीने हो गए हुण तां पूरा कर दिओ सिस्टम, हाले भी चुप। तुसीं एक गल गौर नाल सोचियो, मेरे पुत नूं मारन वास्ते 1.5 करोड़ दे वैपन लग गए, 33 बंदिया की इनवॉल्वमेंट आ गई जेल के अंदर बंद करते, पर हाले तक मास्टरमाइंड का नहीं पता भी यह काम कराया कि नहीं। फिर मैं की समझा भी मेरा किने मारता, मैं तो बिस्तर भोला होया घर के विच गल लई बैठा सी भी मेरी तो किसी ना दुश्मनी नहीं, असी तो लोगों की सेवा करने वाले पास चल पे भी रोटी का जुगाड़ साडे कोले हैगा, कुछ ना कुछ जो लीडर कमी आई ने यार असी दूर करने की कोशिश करांगे, पर सानू फिर भी कल्ले नूं लखेड़ के इस तरह मौत दित्ती। और मौत ओ दीप सिद्धू ये लोग ओ ने जिहड़े बाहरले मुल्कां तों डर लिया लिया के सरकार दे खजानियां दे विच पाउण वाले लोग, ਇਹ ਕੱਲੇ ਸਾਡੇ ਪੁੱਤ ਨਹੀਂ ਸੀ, ਇਹ ਸਰਕਾਰ ਦੇ ਕਮਾਊ ਪੁੱਤ ਵੀ ਸੀ। ਇਹਨਾਂ ਦੇ ਨਾਲ ਸਾਡੀ ਦੇਸ਼ ਭਰ ਦੇ ਵਿੱਚ ਸੰਸਾਰ ਪੱਧਰ ਦੇ ਉੱਤੇ ਜਾਣਨ ਵਾਲੇ ਚਿਹਰੇ ਸੀ। ਇਹਨਾਂ ਦੇ ਜ਼ਰੀਏ ਸਾਡੀ ਪੱਗ ਉਹਨਾਂ ਮੁਲਕਾਂ ਤੱਕ ਗਈ ਜਿੱਥੇ ਕਿਤੇ ਸਿਰ ਤੇ ਪੱਗ ਦਾ ਨਾਮੋ ਨਿਸ਼ਾਨ ਵੀ ਨਹੀਂ ਸੀ, ਸਾਡੀ ਮਾਂ ਬੋਲੀ ਪੰਜਾਬੀ ਨੂੰ ਕੋਈ ਜਾਣਦਾ ਤੱਕ ਨਹੀਂ ਸੀ। ਤੀਜੀ ਪੀੜ੍ਹੀ ਜਿਹੜੇ ਸਾਡੇ ਤੋਂ 40 ਸਾਲ ਹੋ ਗਏ ਇਹਨਾਂ ਰਾਹੀਂ ਵਿਦੇਸ਼ਾਂ ਦੇ ਵਿੱਚ ਵਸੇ ਨੇ, ਉਹਨਾਂ ਦੇ ਜਿਹੜੇ ਪੋਤੇ ਹੁਣ ਜਨਰੇਸ਼ਨ ਜਿਹੜੀ ਤੀਜੀ ਹੈ ਉਹਨਾਂ ਦੀ ਆ ਗਈ ਹੈ ਜਨਰੇਸ਼ਨ, ਉਹਨਾਂ ਨੂੰ ਫਿਕਰ ਸੀ ਵੀ ਪੰਜਾਬੀ ਨਾਲ ਕਿਵੇਂ ਜੋੜਿਆ ਜਾਵੇ, ਕਿਉਂਕਿ ਬੱਚੇ ਉਹਨਾਂ ਸਕੂਲਾਂ 'ਚ ਪੜ੍ਹਦੇ ਆ ਫਟਾਫਟ ਇੰਗਲਿਸ਼ ਬੋਲਦੇ ਆ। ਮੈਨੂੰ ਕਈ ਪਰਿਵਾਰ ਮਿਲਦੇ ਆ ਕਹਿੰਦੇ ਇੱਕ ਸਿੱਧੂ ਜਰੀਆ ਮਿਲਿਆ ਸੀ ਜਿਹਨੇ ਪੰਜਾਬੀ ਅਤੇ ਅੰਗਰੇਜ਼ੀ ਨੂੰ ਮਿਕਸ ਕੀਤਾ ਔਰ ਸਾਡੇ ਬੱਚੇ ਘਰ ਦੇ ਵਿੱਚ ਵੀ ਪੰਜਾਬੀ ਸੰਗੀਤ ਸੁਣਨ ਲੱਗੇ, ਪਰ ਸਾਡਿਆਂ ਨੂੰ ਕਿੱਥੋਂ ਬੁਰਾ ਲੱਗ ਗਿਆ, ਸਾਡਿਆਂ ਨੂੰ ਇੰਨੀ ਨਫ਼ਰਤ ਕਿਉਂ ਹੋ ਗਈ? ਅਸੀਂ ਤਾਂ ਕਦੇ ਕੋਈ ਇਹੋ ਜਿਹਾ ਘਨੌਣਾ ਕੰਮ ਨਹੀਂ ਕੀਤਾ ਸੀ। ਦਿੱਲੀ ਦਾ ਸੰਘਰਸ਼ ਚੱਲਿਆ ਤਾਂ ਬੱਚਿਆਂ ਨੇ ਜਾ ਕੇ ਉੱਥੇ ਜੋ ਬਾਰਡਰ 'ਤੇ ਯੋਗਦਾਨ ਪਾਇਆ, ਇੱਥੇ ਕਿਤੇ ਵੀ ਉਹ ਪਰਿਵਾਰ ਜਿਹੜੇ ਐਡੀਆਂ ਐਡੀਆਂ ਕੁਰਬਾਨੀਆਂ ਕੀਤੀਆਂ, ਪਰਿਵਾਰ ਸਾਰੇ ਉਹਨਾਂ ਨੇ ਆਪਦੇ ਸ਼ਹੀਦ ਕਰਵਾਤੇ, ਪਰ ਅਣਗੌਲੇ ਸੀ। ਮੇਰੀ ਬੇਟੇ ਨਾਲ ਗੱਲ ਹੋਈ ਵੀ ਬੱਚੇ SYL ਗੀਤ ਤੂੰ ਰਿਲੀਜ਼ ਨਾ ਕਰ, ਸ਼ਾਇਦ ਮੇਰਾ ਜ਼ਿੰਦਗੀ ਦਾ ਗਲਤ ਫੈਸਲਾ ਸੀ। ਮੈਨੂੰ ਲੱਗਦਾ ਸੀ ਵੀ ਜਿਸ ਦਿਨ ਤੂੰ ਗੀਤ ਰਿਲੀਜ਼ ਕਰੇਂਗਾ ਤੈਨੂੰ ਫੜ ਕੇ ਜੇਲ੍ਹ 'ਚ ਦੇ ਦੇਣਗੇ, ਪੁੱਤਰਾ ਮੈਨੂੰ ਤੇਰਾ ਵਿਆਹ ਕਰ ਲੈਣ ਦੇ ਫਿਰ 2-4 ਮਹੀਨੇ ਤੂੰ ਲਾਭ ਹੀ ਆਵੇਗਾ ਅੰਦਰ ਕੋਈ ਗੱਲ। ਕਾਸ਼ ਮੈਂ ਉਸ ਸਮੇਂ ਉਹਨੂੰ ਨਾ ਰੋਕਿਆ ਹੁੰਦਾ ਔਰ ਗੀਤ ਰਿਲੀਜ਼ ਹੋ ਗਿਆ ਹੁੰਦਾ, ਗੀਤ ਏਜੰਸੀਆਂ ਦੇ ਕੋਲ ਪਹਿਲਾਂ ਪਹੁੰਚ ਚੁੱਕਿਆ ਸੀ। ਵੱਡਾ ਸੋਚ ਤੂੰ ਵੱਡਾ ਹੋਏ ਛੋਟੀ ਨੀਤ ਵਾਲਿਆ, ਕਿਉਂ ਪੱਗਾਂ ਨਾਲ ਖਹਿੰਦਾ ਫਿਰਦਾ ਤੂੰ ਟੋਪੀ ਵਾਲਿਆ, ਗੱਲਾਂ ਕਟਾਕਸ਼ ਕਰਦੀਆਂ ਸੀ। ਕਲਮ ਨਹੀਂ ਰੁਕਣੀ ਨਿੱਤ ਨਵਾਂ ਹੁਣ ਗਾਣਾ ਆਓ, ਨਾ ਰੁਕੇ ਤਾਂ ਫਿਰ ਬਲਵਿੰਦਰ ਚੱਟਾਨ। ਕੀ ਗਲਤ ਸੀ ਇਸ ਗੱਲ? ਇਹਨਾਂ ਗੱਲਾਂ ਕਰਕੇ ਮੇਰੇ ਪੁੱਤ ਦਾ ਸਾਡਾ ਗੈਂਗਸਟਰਾਂ ਨੇ ਕਾਹਦਾ ਰੌਲਾ ਜਾ, ਆ ਬੈਠਾ ਮੁੰਡਾ ਪ੍ਰੇਮ ਇੱਥੇ ਤੁਹਾਡੇ ਤਰਨ ਤਰਨ ਲੱਗ ਗਿਆ, ਸਿੱਧੂ ਦੇ ਨਾਲ ਸਾਈਨ। ਜੱਗੂ ਫੋਨ ਕਰ ਦਿੰਦਾ ਸਿੱਧੂ ਦਾ ਗਾਣਾ ਨਹੀਂ ਕਰਨਾ ਹੋਇਆ ਅਸੀਂ ਛੱਡਤਾ, ਮੈਂ ਕਿਹਾ ਪੁੱਤਰਾ ਛੱਡ ਦੇ ਘੱਟ ਖਾ ਲਾਂਗਾ, ਅਸੀਂ ਸਾਈਨ ਕੀਤਾ ਹੋਇਆ ਮੁੰਡਾ ਫਰੀ ਕੀਤਾ। ਫਿਰ ਉਹਨੇ ਗਾਣੇ ਸਾਡੀ ਕੰਪਨੀ 'ਚ ਕਰਨੇ ਸੀ, ਕਹਿੰਦਾ ਸਿੱਧੂ ਦੇ ਨਹੀਂ ਕਰਨੇ ਉਹਦੇ ਗਾਣੇ ਤੂੰ ਆਪਦੇ ਚੈਨਲ 'ਤੇ, ਅਸੀਂ ਕਿਹਾ ਵੀ ਜਿਵੇਂ ਕਰ ਲਓ ਅਸੀਂ ਉਹ ਵੀ ਛੱਡ ਛੱਡ। ਕਿੰਨੇ ਕੁ ਸਮਝੌਤੇ ਕਰਦੇ, ਰੋਜ਼ ਮਰਨ ਨਾਲ ਤਾਂ ਵੀਰੋ ਇੱਕ ਵਾਰੀ ਮਰਿਆ ਚੰਗਾ। ਮੈਂ ਜਿੱਥੇ ਮੈਨੂੰ ਲੱਗਦਾ ਵੀ ਮੈਂ ਇੱਕ ਔਤਨ ਖੱਤਿਆਂ ਦੀ ਸ਼੍ਰੇਣੀ 'ਚ ਸ਼ਾਮਿਲ ਹੋ ਗਿਆ ਕੋਈ ਗੱਲ, ਪਰ ਇੱਕ ਗੱਲ ਦਾ ਮਾਣ ਵੀ ਮਹਿਸੂਸ ਹੁੰਦਾ ਵੀ ਜਿੰਨਾ ਚਿਰ ਜਿਉਂਆ ਨੀਵੀਂ ਤਾਂ ਪਾਈ ਨਹੀਂ, ਅੱਗੇ ਅਕਾਲ ਪੁਰਖ ਦੀ ਮਰਜ਼ੀ। ਅੱਜ ਦੇ ਹਾਲਾਤ ਦੇਖ ਲਓ, ਆ ਮੇਰੇ ਕੋਲੇ ਮੁੰਡਾ ਖੜਾ,
गैंगस्टरां दी इन्नी हिम्मत होगी कोई नौजवान अपना कारोबार करता है इस बच्चे का इन्ना कसूर है इहदे कोले पंज चार लग्जरी गड्डियां ने यह बड़िया बड़िया बरातां चुकदा और आपका गुजर बसर चंगी करता है और इन्हू जग्गू साहब का फोन आ गया कहता हूं तो पैसे नहीं लेने तेन मारांगे मैं मान साहब नू बेनती करदा सरकार नू बेनती करदा तुसी कहंदे हो ला आर्डर दी पोजीशन बड़ी वधिया आ मेरे सामने खड़ा है 6 महीने हो गए FIR कराती कोई नहीं पुछया उस तो बाद अफसरां दे पुलिस दे गेड़े कढ़ी जांदा है भी मैनू बचा लो परसों शाम दी गल है दो बंदे पिस्तौल वाले घरे आ भी गए इहदी किस्मत चंगी भी है लेट हो गया अद्धा घंटा नहीं हुण तक संस्कार हो गया हुंदा आ हालात साडे पंजाब दे ने तुसी भ्रिष्टाचार दे खातर व्हाट्सएप नंबर जारी करता इहदे वीडियो पाओ जे कोई अफसर लैंदा है ओए आ जिहड़े जेलां दे विच बैठे ने 20-20 लाख रुपया मंगते ने रिश्वत देवे इंतकाल करा लूंगा मेरा कोई 100-50 का 10,000 का कम तो करू अफसर जी रिश्वत ले लू आ रिश्वत कितों बंद करिए इस बंदे ने 8 बंदों को रुजगार दिता हो जेड़े इहदियां गड्डियां ड्राइवर चलाउंदे 5-7 परिवार इहदे नाल पलदे है और इहदी पोजीशन यह है यह लोके बैठा जवाकों नूं लई किसे रिश्तेदारी च रोज टिकाणा बदलदा है आ साडे पंजाब दा किसे टाइम असी जाने जांदे सी भाईचारे करके मैं इहनूं बड़े दुख नाल कहना पै रहा है जिहड़े बंदे ने असला पहुंचाया बठिंडे मानसा तक संदीप कालों सिर ते पग बंद है ਉਹ ਤੁਸੀਂ ਇਹੋ ਜਿਹੀਆਂ ਕਮਾਈਆਂ ਤੇ ਲੱਗ ਗਏ ਤੂੰ ਜਦੋਂ 147 ਰੱਖ ਕੇ ਮਾਨਸਾ ਵੱਲ ਛੱਡਣ ਤੁਰਿਆ ਤੈਨੂੰ ਇੱਕ ਵਾਰ ਵੀ ਨਹੀਂ ਪਤਾ ਲੱਗਿਆ ਕਿਸੇ ਬੇਦੋਸ਼ੇ ਦੀ ਜਾਨ ਲੈਣਗੀਆਂ ਕਿਹੜੇ ਭਾਈਚਾਰੇ ਦੀ ਗੱਲ ਕਰੀਏ ਐਡੇ ਅਸੀਂ ਪੈਸੇ ਨੂੰ ਲੈ ਕੇ ਕਮੀਨੇ ਹੋ ਗਏ ਵੀ ਸਾਨੂੰ ਪੈਸਾ ਮਿਲਣਾ ਚਾਹੀਦਾ ਚਾਹੇ ਭਾਰਤ ਚ ਜਾਵੇ 10 ਬੱਚੇ ਮਾਰ ਲੈਣ ਅੱਗੇ ਜਾ ਕੇ ਸਾਨੂੰ ਕੋਈ ਮਤਲਬ ਨਹੀਂ ਇਸ ਗੱਲ ਦਾ ਵੀਰੋ ਕੌਮ ਦੇ ਜਿਹੜੇ ਸਿਰ ਕੱਢ ਮੁੰਡੇ ਆ ਬਚਾ ਲਓ ਮੇਰੀ ਤੁਹਾਡੇ ਸਾਰਿਆਂ ਦੇ ਚਰਨਾਂ ਚ ਹੱਥ ਬੰਨ ਕੇ ਬੇਨਤੀ ਹੈ दीप गया संदीप गया कलम बागी खेड बागी आवाज बागी साडे कोले पिछे रह की गया मैं कोई लैंड लाउंड परिवार चो नहीं बीरो मेरे कोले केवल 5-6 किले जमीन है घर दी मैं दिहाड़ियां कर करके बच्चे नु बीटेक करवाई असी मियां बीबी ने अद्धी अद्धी रात तक जिल्दां बनियां किताबां दियां प्राइमरी खोल के फिर जाके बीटेक करा के 20 लाख रुपये का इंतजाम बैंकों तो लिमिटा करा के मैं कनेडा भेजा और 2 करोड़ रुपया मैं सरकार के खजाने च पावा और मेरा बच्चा 100 रुपए दियां चप्पलां पाके बाजार घूमदा सी जिते जानवरां वांगू 35 गोलियां मारियां उसके केड़े क्लीनिक की गल करते हो 3 मिनट का रास्ता सी हस्पताल दा उत्थों मेरा उस हस्पताल दे विच पहुंच नहीं सकिया आ प्रशासन दोगे तुसी भावे लख कहो कैप्टन नूं माड़ा जा पर फैसले तो ले यार कई बार मैं कहना हुंदा जिहड़ा गल फौजी ने कही तां कही आ कोई हल है हरेक गल पुछण वास्ते सानूं दिल्ली जाना पऊगा मैं सानूं कहिंदा वीरो तुसी अपना होश वाश खो के पंजाब गहने करता दिल्ली कोले 5 साल पछताओगे साडे आप दे सी कुछ करदे कुछ ना करदे अलांभा देण जोगे तां असीं किहदे कोले जाईए मैं 1-2 बंदिया को गया जाके आपकी बिपता सुनाई भाई मेरी मदद करो मैं 11 महीने हो गए बिलक दे मेरी गैंगस्टरां दे जिहड़े शूटर ने उन्होंने आ गल अटकी पई है तीजे बंदे जो गल करते गल उत्थे रुक कहिंदा जिन्नी गल मैनू सुनाई है जे जाके केजरीवाल नूं सुनावे तेरी सुनवाई होई भाई मेरी क्यों सुनूंगा दूजी स्टेट का मुख्यमंत्री जदों तुसीं नहीं सुनदे आ हाल है वीरो जदों फैसला लैंदे हो उदों थोड़ा सोच के लिया करो माफ करना मेरा थोड़ा साह चल गया कोई शब्द बद घट कह जाना कई बार मैं भावुक होके तो मैं सारी संगत तो भी करना मैं थोड़ा बच्चा मैं कदे भी कोई गलत शब्द बोल जा कई बार मैं कह देना भी मेरा बच्चा संत महापुरशां वर्गा कई कोई शब्द ऐसे ही निकल जाए मेरी मंशा कोई नहीं होंगी किसी ने तुलना करने की मैं अणजाण मैं समझा दिया करो पर जो तुम कमेंट के गलत गल लिखते हो तू इन बाबा नानक ना बनाओ मैं तो उन्होंने चरण की धूड़ भी नहीं मैं इस तरह की कदे अपने बच्चे किसी धार्मिक व्यक्ति ने तुलना नहीं करता कभी
मैं तो उसकी समाधि उत्ते लोग मत्था टेकते ने शरदा नाल आके मैं उत्ते लिख के भी लाता भी वो गुरु ग्रंथ साहब नूं मानदा सी जे तुसी मत्था टेकना है गुरु साहब दे शब्द गुरु दे चरणां च जाके टेको। ये एक दुनियावी लड़का सी इहनूं मत्था ना टेको। मैं इत्थों भी नौ साख के कहने भी उत्थे मत्था ना टेको। उहदा समारक है, मैं उहनूं समाध नहीं कहिंदा, उहदी याद रखी है। मैं आउण वाले समें दे विच आप अगले मार्च दे विच मैं भी उस बच्चे नूं बधाई देऊंगा, उहदी बरसी करूंगा। वैसे उम्मीद मैनूं इह सी भी उह मेरी बरसी करूगा, पर हालात इदां दे आ जो तुस भावा नानका साहिब गल चंगी जो अकाल पुरख दा हुकम उस तों बिना पत्ता भी नहीं हलदा वीरो। सो अगले मार्च के दोबारा फिर कट्ठे होवांगे किते। फिर भी जे सरकार ने कोई अपनी गल ना सुनी जिवें ओह लद्दी खड़ी है, धन्नवाद जांदे रहो तुहाडे ते मेरियां आसां ने। ओह जिवें दीप दी लद्दी खड़ी है वीरो मैं भी तैयार कर ली। आपां लोकां कोले जावांगे, इत्थों दे हालात दसांगे भी जे पुत बचाउणे आ तां सानूं कोई ना कोई हीला वसीला करना पऊगा। रहिंदी जिंदगी जे इक दो जाना भी इहो जिहा बचा के मैं समझूंगा मैं कौम दे किसे परिवार दे कम आया। क्योंकि एक व्यक्ति हुंदा मर्डर, आप हर एक का कह दें एक मर्डर वह हुंदा है जिदे नाल सौ परिवार होर भी मर। तुसी कला सिद्धू ते जाणना मैनू दा जो घाटा पिया पिया जिहड़े उत्थे वीडियो म्यूजिक डायरेक्टर ड्राइवर घट्टो घट्ट 100-150 फैमिली जिहड़ी उदो प्रभावित होई है, उहनां दे ठूठे च लत्त वज्जी है। किसे ओह गोलियां चलाउण लगे तुसी 4 रुपईआं दी खातर इह तां वेख लिया करो। मैं सारी संगत नूं सिर तो पग ला के भी उदों यही बेनत करी सी भी मैं थोड़ा कर्जदार हाँ। वो तुसी जिन्ना मैं दीप सिद्धू नूं विदा करन वेले थोड़ा कट वेख्या लगदा सी हले इंसानियत हैगी है। जिदे मेरे बच्चे दा संस्कार सी 35 किलोमीटर दे विच जाम लग्या होया सी उहदे तों मैं अपने आप नूं थोड़े समर्पित करता सी। जिहे दा जिन्नी जोगा जिते कम आ गया मैं हाजर। होर मैं कोई बहुता वड्डा बंदा नहीं वीरो, मैं तो 5-7 किलों वाला आम जिमीदार सी। 50 साल मेरी मां दी स्ट्रगल करदी दी उम्र लंघ गई, 50-55 दा मैं हो गया सी तां जाके एक बच्चा परवान चढ़िया सी। और जिहड़ा जिहदे मौत दे कारणां दा मैनूं अज तक पता ही नहीं लग रिहा भी मेरा मारिया क्यों गया। मैं तो यही गल कही सी जे थोनू चंगे लगदे आ इहनां नूं छड्ड दिओ छड्ड दिओ, मैं थोड़ी गल मान लूंगा, पर मैनूं इह इक्को गल दस दिओ वी मेरा मार कदों दित्ता। ओह इहो जिहा किहड़ा कम करदा सी वी जिहड़ा थोनूं चंगा नहीं लगदा। उहने तां धी भैण दे खिलाफ कोई गाणा नहीं गाया, उहने तां थोड़ी पग नूं थोड़ी मां बोली नूं न्यूजीलैंड दे परले पासे टापू ने छोटे छोटे गोरियां दे उत्थों तक थोड़े क्लबां च गाने बजण लाते पग दे। यूएसए दीआं कोई इहो जिहीआं स्टेटां जिथे जिथे अज तक कदे पंजाबी गाणा नहीं वज्जिआ सीगा उत्थे तुहाडी बोली पहुंच गई कि उसे चीज का सर्टिफिकेट है। सो वीरो थोड़ी सेहत अलाउ नहीं करती, मेरी हाजरी प्रवान करो। कोई शब्द किसी नूं फिर भी ना चंगा लग्या होवे हाथ जोड़ के संगत माफ करन योग है। वाहिगुरु जी का खालसा वाहिगुरु जी की फतह।